ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਜੋਤੀ, ਲੈ ਕੇ ਆਏ ਹਾਂ ਕਹਾਣੀ ਜ਼ਿੰਦਗੀ ਦੀ। ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਇੱਕ ਨਵੀਂ ਕਹਾਣੀ, ਇੱਕ ਨਵੀਂ ਗੱਲਬਾਤ। ਅੱਜ ਅਸੀਂ ਗੱਲਬਾਤ ਕਰਾਂਗੇ ਇੱਕ ਬਿਜ਼ਨਸ ਵੂਮਨ ਦੇ ਬਾਰੇ, ਜਿਨ੍ਹਾਂ ਨੇ ਆਪਣੇ ਜਿਹੜੇ ਸੁਪਨੇ ਸੀ ਪੂਰੇ ਕੀਤੇ, ਜਿਹੜੇ ਮੁਕਾਮ 'ਤੇ ਪਹੁੰਚਣਾ ਚਾਹੁੰਦੇ ਸੀ ਉਸ ਮੁਕਾਮ 'ਤੇ ਪਹੁੰਚੇ। ਕਹਿੰਦੇ ਹੁੰਦੇ ਆਪਣੇ ਸੁਪਨੇ ਪੂਰੇ ਕਰਨੇ ਜਾਂ ਉਸ ਜਗ੍ਹਾ 'ਤੇ ਉਸ ਮੁਕਾਮ 'ਤੇ ਪਹੁੰਚਣਾ ਬਹੁਤ ਹੀ ਮੁਸ਼ਕਲ ਹੁੰਦਾ ਆ, ਇਹ ਆਸਾਨ ਰਸਤਾ ਨਹੀਂ ਹੁੰਦਾ, ਖਾਸ ਕਰਕੇ ਸਾਡੀਆਂ ਲੇਡੀਜ਼ ਦੇ ਵਾਸਤੇ। ਕਈ ਵਾਰੀ ਇੱਦਾਂ ਹੁੰਦਾ ਕਿ ਅਸੀਂ ਸੋਚਦੇ ਬਹੁਤ ਕੁਛ ਹੈਗੇ ਹਾਂ ਵੀ ਅਸੀਂ ਆਹ ਕਰਨਾ ਚਾਹੁੰਦੇ, ਉਹ ਕਰਨਾ ਚਾਹੁੰਦੇ, ਪਰ ਕਈ ਵਾਰੀ ਸਾਨੂੰ ਫੈਮਿਲੀ ਦੀ ਸਪੋਰਟ ਨਹੀਂ ਮਿਲਦੀ। ਜੇ ਫੈਮਿਲੀ ਦੀ ਸਪੋਰਟ ਮਿਲ ਜਾਂਦੀ ਆ, ਫਿਰ ਅਸੀਂ ਬਾਹਰ ਵਾਲਿਆਂ ਦਾ ਸੋਚਣ ਲੱਗ ਜਾਂਦੇ ਹਾਂ, ਫਲਾਨਾ ਕੀ ਕਹੇਗਾ, ਉਹ ਕੀ ਕਰ ਰਹੀ ਆ, ਇੱਦਾਂ ਦੀਆਂ ਚੀਜ਼ਾਂ ਫਿਰ ਸਾਡੇ ਦਿਮਾਗ 'ਚ ਆਉਣ ਲੱਗ ਜਾਂਦੀਆਂ। ਲੇਕਿਨ ਮੇਰੇ ਜਿਹੜੇ ਅੱਜ ਦੇ ਗੈਸਟ ਆ, ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਿੱਛੇ ਰੱਖ ਕੇ ਆਪਣੇ ਆਪ ਨੂੰ ਉਸ ਮੁਕਾਮ 'ਤੇ ਲੈ ਕੇ ਆਉਂਦਾ ਜੋ ਕਰਨਾ ਚਾਹੁੰਦੇ ਸੀ, ਜੋ ਉਹਨਾਂ ਦੇ ਦਿਲ ਨੇ ਆਵਾਜ਼ ਦਿੱਤੀ ਵੀ ਯੈਸ, ਆਹ ਮੈਂ ਕਰਨਾ ਚਾਹੁੰਦੀ ਹਾਂ। ਪਰ ਕਹਿੰਦੇ ਹੁੰਦੇ ਆ ਕਿ ਫੈਮਿਲੀ ਤੋਂ ਬਗੈਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਜੇਕਰ ਤੁਸੀਂ ਵੀ ਮੈਨੂੰ ਇਸ ਮੁਕਾਮ 'ਤੇ ਦੇਖ ਰਹੇ ਹੋ, ਇਹ ਵੀ ਇੱਕ ਮੇਰੀ ਫੈਮਿਲੀ ਦੀ ਸਪੋਰਟ ਖਾਤਰ ਹੀ ਮੈਂ ਇੱਥੇ ਬੈਠੀ ਹਾਂ। ਲੇਡੀਜ਼ ਲਈ ਕੋਈ ਚੀਜ਼ ਕਰਨੀ ਬਹੁਤ ਮੁਸ਼ਕਿਲ ਹੁੰਦੀ ਆ, ਬੰਦਿਆਂ ਨੂੰ ਤਾਂ ਸਾਰੇ ਕਹਿ ਦਿੰਦੇ ਆ ਕੰਮ ਕਰਕੇ ਆਇਆ, ਆਹ ਕਰਕੇ ਆਇਆ, ਲੇਕਿਨ ਲੇਡੀਜ਼ ਨੂੰ ਘੱਟ ਹੀ ਕੋਈ ਕਹਿੰਦਾ ਆ ਕਿ ਇਹ ਕੰਮ ਵੀ ਕਰਕੇ ਆਈ ਆ, ਇਹ ਘਰ ਵੀ ਚਲਾਉਂਦੀ ਆ ਅਤੇ ਘਰੇਲੂ ਮਸਲੇ ਵੀ ਹੱਲ ਕਰਦੀ ਆ। ਦੇਖਿਆ ਜਾਵੇ ਤਾਂ ਸਾਡੀਆਂ ਜਿਹੜੀਆਂ ਲੇਡੀਜ਼ ਆ, ਅਸੀਂ ਜ਼ਿਆਦਾ ਕੰਮ ਕਰਦੇ ਹਾਂ, ਪਰ ਇਸ ਕੰਮਾਂ ਕਾਰਾਂ ਦੀ ਜ਼ਿੰਦਗੀ 'ਚੋਂ ਬਾਹਰ ਵੀ ਇੱਕ ਲਾਈਫ ਹੁੰਦੀ ਆ, ਜਿਹੜੇ ਹੁੰਦੇ ਸਾਡੇ ਸੁਪਨੇ ਜੋ ਅਸੀਂ ਪੂਰੇ ਕਰਨਾ ਚਾਹੁੰਦੇ ਹਾਂ। ਉਹੀ ਇੱਕ ਸੁਪਨਾ ਸਾਡੇ ਨਾਲ ਸਾਂਝਾ ਕਰਨਗੇ ਮੇਰੇ ਅੱਜ ਦੇ ਗੈਸਟ, ਜਿਹੜੇ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਆ ਚੁੱਕੇ ਆ, ਮੇਰੇ ਨਾਲ ਬੈਠੇ ਹੋਏ ਆ। ਉਹਨਾਂ ਦੇ ਉਹ ਸੁਪਨੇ ਦੀ ਗੱਲ ਕਰਾਂਗੇ ਜੋ ਉਹਨਾਂ ਨੇ ਸੋਚਿਆ ਸੀ ਕਿ ਮੈਂ ਕਰਨਾ ਆ, ਮੈਂ ਹਾਸਿਲ ਕਰਨਾ ਆ, ਜਾਂ ਉਹਨਾਂ ਨੇ ਇੱਕ ਉਹਨਾਂ ਦੇ ਮਨ ਨੇ ਇੱਕ ਆਵਾਜ਼ ਦਿੱਤੀ ਸੀ ਵੀ ਯੈਸ ਤੂੰ ਆਹ ਕਰ, ਆਹ ਤੇਰੇ ਲਈ ਠੀਕ ਹੈਗਾ ਆ। ਮੈਂ ਸਵਾਗਤ ਕਰਦੀ ਹਾਂ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਿਸ਼ਾ ਜੀ ਦਾ। ਨਿਸ਼ਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਹੈ ਕਿ ਸਾਡੇ ਨਿਸ਼ਾ, ਜਿਹੜੇ ਕਿ ਵੂਵਹੈਂਪਟਨ ਤੋਂ ਖਾਸ ਆਏ, ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ, ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਸਵਾਗਤ ਕਰਦੀ ਹਾਂ। ਥੈਂਕ ਯੂ ਨਿਸ਼ਾ। ਜੋ ਤੁਸੀਂ ਕਰ ਰਹੇ ਹੋ, ਜਿਸ ਜਿਹੜਾ ਬਿਜ਼ਨਸ ਦੇ ਬਾਰੇ ਆਪਾਂ ਗੱਲ ਕਰਾਂਗੇ, ਉਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਜਾਣਨਾ ਚਾਹੁੰਦੀ ਹਾਂ ਤੁਹਾਡੀ ਬੈਕਗਰਾਊਂਡ, ਤੁਸੀਂ ਕਿੱਥੋਂ ਆਏ ਹੈਗੇ ਆ, ਤੁਸੀਂ ਇੱਥੇ ਦੇ ਜੰਮਪਲ ਆ ਜਾਂ ਤੁਸੀਂ ਕਿਸੇ ਹੋਰ ਕੰਟਰੀ ਤੋਂ? ਹਾਂਜੀ ਜੋਤੀ ਜੀ, ਮੇਰਾ ਜਨਮ ਮਲੇਸ਼ੀਆ ਵਿੱਚ ਹੋਇਆ ਸੀਗਾ। ਅੱਛਾ ਜੀ। ਹਾਂਜੀ ਜੀ। ਸੋ ਵਿਆਹ ਲਈ ਫਿਰ ਦੈਨ ਆਈ ਗੋਟ ਮੈਰਿਡ ਇਨ ਯੂਕੇ। ਹਾਂਜੀ। ਉਸ ਤੋਂ ਬਾਅਦ ਤੁਸੀਂ ਫਿਰ ਇੱਥੇ ਆਏ? ਹਾਂਜੀ। ਅਤੇ ਜਦੋਂ ਤੁਸੀਂ ਇੱਥੇ ਆਏ ਆ, ਇੱਥੇ ਆ ਕੇ ਸਭ ਤੋਂ ਪਹਿਲਾਂ ਤੁਸੀਂ ਕੀ ਕੀਤਾ ਹੈਗਾ ਆ? ਸਰ ਜਿਹੜੀ ਮਤਲਬ ਜੋਬ ਕਹਿ ਲਓ ਜਾਂ ਕੋਈ ਸਟੱਡੀ ਕੀਤੀ, ਕੋਈ ਜੋਬ ਕੀਤੀ, ਕੀ ਕੀਤਾ ਤੁਸੀਂ? ਹਾਂਜੀ, ਮੈਂ ਤਾਂ ਮਲੇਸ਼ੀਆ ਤੋਂ ਹੀ ਪਹਿਲਾਂ ਤੋਂ ਹੀ ਕੋਰਸ ਕਰਦੀ ਸੀਗੀ ਅਕਾਊਂਟੈਂਸੀ ਦਾ। ਓਕੇ। ਹਾਂਜੀ। ਸੋ ਆਫਟਰ ਆਈ ਗੋਟ ਮੈਰਿਡ, ਫਿਰ ਇੱਥੇ ਆਣ ਕੇ ਫਿਰ ਮੈਂ ਵਿਦ ਮਾਈ ਹਸਬੈਂਡ ਸਪੋਰਟ ਫਿਰ ਮੈਂ ਅਕਾਊਂਟੈਂਸੀ ਹਾਂਜੀ ਕੋਰਸ ਕੀਤਾ ਸੀਗਾ, ਇੱਥੇ ਵੀ ਆਣ ਕੇ ਮੈਂ ਸ਼ੁਰੂ ਕੀਤਾ ਸੀਗਾ। ਮਤਲਬ ਵਿਆਹ ਤੋਂ ਬਾਅਦ ਵੀ ਤੁਸੀਂ ਉਹ ਕੋਰਸ ਨੂੰ ਕੰਟੀਨਿਊ ਕੀਤਾ ਸੀਗਾ? ਹਾਂਜੀ। ਅਤੇ ਜੇ ਅਸੀਂ ਉਸ ਕੋਰਸ ਦੀ ਗੱਲ ਕਰੀਏ, ਤਾਂ ਜੋ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ, ਜਿੱਥੇ ਤੁਸੀਂ ਹੁਣ ਹੈਗੇ, ਜੋ ਤੁਸੀਂ ਕਰਦੇ ਹਾਂ, ਇੱਕ ਟੋਟਲੀ ਡਿਫਰੈਂਟ ਡਾਇਰੈਕਸ਼ਨਸ ਕਹਿ ਸਕਦੇ ਹਾਂ ਹਾਂਜੀ ਹੁਣ ਹੈਗੇ ਹਾਂ। ਹੁਣ ਤੁਸੀਂ ਇਹ ਦੱਸੋ ਕਿ ਤੁਸੀਂ ਇਸ ਵੇਲੇ ਹੁਣ ਕੀ ਕਰਦੇ ਹੋ? ਹੁਣ ਮੇਰੇ ਕੋਲ ਆਈਵ ਗੋਟ ਇਵੈਂਟ ਮੈਨੇਜਮੈਂਟ ਕੰਪਨੀ ਜੀ, ਅਤੇ ਮੇਨ ਲਾਈਨ ਹੈਗੇ ਆ ਵੈਡਿੰਗਸ, ਫੰਕਸ਼ਨਸ ਵਗੈਰਾ, ਡੈਕੋਰੇਸ਼ਨਸ, ਜੋ ਵੀ ਹੁੰਦਾ ਆ, ਸੈਂਟਰ ਪੀਸਿਸ, ਟੋਪ ਟੇਬਲ, ਬੈਕਡ੍ਰੋਪ, ਐਨੀ ਕਾਈਂਡ ਆਫ ਡੈਕੋਰੇਸ਼ਨ, ਹਾਂਜੀ ਐਨੀਥਿੰਗ ਐਂਡ ਐਵਰੀਥਿੰਗ ਟੂ ਡੂ ਵਿਦ ਵੈਡਿੰਗਸ ਐਂਡ ਫੰਕਸ਼ਨਸ। ਸੋ ਉਹ ਜੋ ਤੁਸੀਂ ਕਰਦੇ ਸੀ ਅਤੇ ਆਹ ਜੋ ਤੁਸੀਂ ਕਰਦੇ ਆ, ਇੱਕ ਟੋਟਲੀ ਡਿਫਰੈਂਟ ਰਸਤਾ ਕਹਿ ਲਓ, ਡਿਫਰੈਂਟ ਇੱਕ ਚੋਇਸ ਹੋ ਗਈ, ਜਾਂ ਤੁਹਾਡਾ ਕੀ ਇਸ ਲਾਈਨ ਦੇ ਵਿੱਚ ਤੁਸੀਂ ਕਿੱਦਾਂ ਆਏ, ਤੁਹਾਨੂੰ ਮਤਲਬ ਕਿੱਦਾਂ ਤੁਹਾਨੂੰ ਹੋਇਆ, ਮਹਿਸੂਸ ਹੋਇਆ, ਜਾਂ ਕਿਸੇ ਨੇ ਕਿਹਾ ਇਸ ਲਾਈਨ ਵਿੱਚ ਤੁਸੀਂ ਕਿੱਦਾਂ ਆਏ ਵੀ ਮੈਂ ਡੈਕੋਰੇਸ਼ਨ ਦਾ ਕੰਮ ਕਰਨਾ ਹੈਗਾ ਆ? ਓਕੇ, ਵੈਨ ਆਈ ਗੋਟ ਮੈਰਿਡ, ਫਿਰ ਵੀ ਮੇਰੇ ਹਸਬੈਂਡ ਨੇ ਸਪੋਰਟ ਕੀਤਾ ਸੀਗਾ, ਹੀ ਸੇ ਯੂ ਕੈਰੀ ਔਨ ਵਿਦ ਯੋਰ ਅਕਾਊਂਟੈਂਸੀ। ਸੋ ਮੈਂ ਇੱਥੇ ਵੂਵਹੈਂਪਟਨ ਕਾਲਜ ਤੇ ਅਕਾਊਂਟੈਂਸੀ ਦਾ ਕੋਰਸ ਕੰਟੀਨਿਊ ਕੀਤਾ ਸੀਗਾ। ਕਿੰਨੀ ਦੇਰ ਦਾ ਕੋਰਸ ਸੀ ਜਿਹੜਾ ਤੁਸੀਂ ਕੀਤਾ ਹੈਗਾ? ਵੈਲ ਆਈ ਹੈਗਾ ਤੇ 2 ਸਾਲ ਦਾ ਸੀਗਾ, ਬਟ ਆਈ ਮੈਂ ਫਿਨਿਸ਼ ਨਹੀਂ ਕੀਤਾ। ਨੋ, ਆਈ ਡਿਡ ਨਾਟ ਫਿਨਿਸ਼ ਦ ਕੋਰਸ। ਹਾਂਜੀ, ਇਸ ਦਾ ਰੀਜ਼ਨ ਹੈ, ਕਾਰਨ ਹੈ, ਬਿਕੋਜ਼ ਮਾਈ ਹਸਬੈਂਡ, ਉਹਦਾ ਕੰਮ ਸੀਗਾ
ਵੀਡੀਓ ਫੋਟੋਗ੍ਰਾਫੀ ਦਾ ਰਾਈਟ ਹਾਂਜੀ ਜੀ ਤੇ ਮੇਨ ਲਾਈਨ ਸੀਗੇ ਦ ਵੈਡਿੰਗਸ ਐਂਡ ਫੰਕਸ਼ਨਸ ਬਟ ਸ਼ੋਜ਼ ਐਂਡ ਕਾਨਫਰੈਂਸਸ ਵੀ ਕਰਦੇ ਹੁੰਦੇ ਸੀਗੇ ਹਾਂਜੀ ਤੇ ਐਂਡ ਆਈ ਯੂਜ਼ ਟੂ ਹੈਲਪ ਹਿਮ ਅੱਛਾ ਤੁਸੀਂ ਨਾਲ ਜਾਂਦੇ ਸੀ ਉਹਨਾਂ ਦੇ ਹਾਂਜੀ ਰਾਈਟ ਮੈਂ ਨਾਲ ਜਾਂਦੀ ਹੁੰਦੀ ਸੀਗੀ ਯੈਸ ਯਾ ਐਂਡ ਮੇਰਾ ਫਿਰ ਇੰਟਰਸਟ ਉੱਥੇ ਜ਼ਿਆਦਾ ਵੱਧ ਗਿਆ ਸੀਗਾ ਵਿਦ ਹੈਲਪਿੰਗ ਹਸਬੈਂਡ ਤੇ ਜਦੋਂ ਵੀ ਕੋਈ ਕਲਾਇੰਟ ਆਉਂਦਾ ਸੀਗਾ ਆਸਕਿੰਗ ਫੋਰ ਵੈਡਿੰਗ ਡੈਕੋਰੇਸ਼ਨਸ ਵਗੈਰਾ ਵੀ ਫਾਊਂਡ ਦੈਟ ਇਹ ਮਾਰਕੀਟ ਹੈਗੀ ਆ ਵੀ ਲੋਕੀ ਡਿਮਾਂਡ ਕਰਦੇ ਆ ਜਾਂ ਪੁੱਛ ਰਹੇ ਇਹਦੇ ਬਾਰੇ ਹਾਂਜੀ ਡੈਕੋਰੇਸ਼ਨਸ ਸੋ ਉੱਥੋਂ ਤੁਹਾਡੇ ਦਿਮਾਗ ਵਿੱਚ ਆਇਆ ਵੀ ਮੈਂ ਇਹੀ ਕੰਮ ਸ਼ੁਰੂ ਕਰਾਂ ਡੈਕੋਰੇਸ਼ਨਸ ਦਾ ਵੈਡਿੰਗ ਫੰਕਸ਼ਨਸ ਦਾ ਉੱਥੋਂ ਤੁਹਾਨੂੰ ਇਹਦਾ ਆਈਡੀਆ ਆਇਆ ਉਹੀ ਪਹਿਲੀ ਗੱਲ ਸੀਗੀ ਬਿਕੋਜ਼ ਮੈਂ ਅਕਾਊਂਟੈਂਸੀ ਕਰਦੀ ਸੀਗੀ ਪਰ ਮੇਰਾ ਮਨ ਨਹੀਂ ਸੀਗਾ ਉਹਦੇ ਵਿੱਚ ਪਰ ਜਦੋਂ ਫਿਰ ਮੈਂ ਐਸ ਵੈਨ ਆਈ ਸਟਾਰਟ ਹੈਲਪਿੰਗ ਵਿਦ ਮਾਈ ਹਸਬੈਂਡ ਫਿਰ ਮੇਰਾ ਆਈ ਸਟਾਰਟ ਥਿੰਕਿੰਗ ਵੀ ਆਈ ਫਾਈਂਡ ਦਿਸ ਮੋਰ ਇੰਟਰਸਟਿੰਗ ਜ਼ਿਆਦਾ ਇੰਜੋਏ ਕਰਦੇ ਸੀ ਜ਼ਿਆਦਾ ਇੰਜੋਏ ਕਰਦੇ ਸੀਗੇ ਇੱਥੇ ਜ਼ਰੂਰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ ਸਾਰੇ ਜਾਣਿਆਂ ਨੂੰ ਕਿ ਤੁਹਾਡੇ ਮਨ ਦੀ ਜਿਹੜੀ ਇੱਛਾ ਹੁੰਦੀ ਆ ਜਾਂ ਤੁਹਾਡੇ ਸੁਪਨੇ ਹੁੰਦੇ ਜਾਂ ਤੁਸੀਂ ਅੰਦਰ ਤੋਂ ਤੁਹਾਡਾ ਦਿਲ ਇੱਕ ਆਵਾਜ਼ ਦਿੰਦਾ ਕਿ ਮੈਂ ਆਹੀ ਚੀਜ਼ ਕਰਨੀ ਆ ਉਸ ਚੀਜ਼ ਨੂੰ ਹੀ ਕਰਨਾ ਚਾਹੀਦਾ ਆ ਖਾਸ ਕਰਕੇ ਸਾਡੇ ਸਿਆਣਿਆਂ ਲਈ ਪੇਰੈਂਟਸ ਲਈ ਵੀ ਇੱਕ ਮੇਰੇ ਵੱਲੋਂ ਬੇਨਤੀ ਕਹਿ ਲਓ ਜਾਂ ਮੈਂ ਕਿੱਦਾਂ ਤਾਕੀਦ ਕਰਦੀ ਹਾਂ ਕਿ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀਜ਼ ਨੂੰ ਉਹ ਚੀਜ਼ ਕਰਨ ਦਿਓ ਜਿਹਦੇ ਵਿੱਚ ਉਹਨਾਂ ਨੂੰ ਖੁਸ਼ੀ ਮਿਲਦੀ ਆ ਮੇਰਾ ਖਿਆਲ ਜਦੋਂ ਅਸੀਂ ਇੱਕ ਚੀਜ਼ ਦਿਲ ਤੋਂ ਕਰਦੇ ਹੈਗੇ ਹਾਂ ਅਸੀਂ ਉਹਨੂੰ ਜ਼ਿਆਦਾ ਇੰਜੋਏ ਕਰਕੇ ਕਰਦੇ ਹਾਂ ਕਿਸੇ ਨੂੰ ਫੋਰਸ ਕਰਕੇ ਕਰਾਂਗੇ ਕੁਛ ਕਰੇਗਾ ਤਾਂ ਸਹੀ ਹੋ ਪਰ ਲੇਕਿਨ ਉਹ ਮਜ਼ਾ ਨਹੀਂ ਆਉਂਦਾ ਬਿਕੋਜ਼ ਅੰਦਰੋਂ ਚਾਹੁੰਦੇ ਨਹੀਂ ਹੈਗੇ ਜੀ ਜੀ ਸੋ ਤੁਸੀਂ ਇਹ ਚੀਜ਼ ਨੂੰ ਦੇਖਿਆ ਕਿ ਇਸ ਚੀਜ਼ ਵੱਲ ਜ਼ਿਆਦਾ ਹੈਗਾ ਇਹਦੀ ਡਿਮਾਂਡ ਹੈਗੀ ਆ ਅਤੇ ਤੁਸੀਂ ਡਿਸਾਈਡ ਕੀਤਾ ਫਿਰ ਜਦੋਂ ਤੁਸੀਂ ਇਹ ਡਿਸਾਈਡ ਕੀਤਾ ਵੀ ਮੈਂ ਡੈਕੋਰੇਸ਼ਨ ਸਾਈਡ 'ਚ ਜਾਣਾ ਹੈਗਾ ਜਾਂ ਮੈਂ ਇਹ ਕਰਨਾ ਇਹਦੇ ਲਈ ਤੁਹਾਨੂੰ ਕਿੱਦਾਂ ਕੋਈ ਕੋਰਸ ਵਗੈਰਾ ਕਰਨੇ ਪਏ ਸੀ ਜਾਂ ਬਸ ਇੱਦਾਂ ਹੀ ਬਸ ਫਲਾਵਰਸ ਲਿਆਉਂਦੇ ਲਿਆ ਕੇ ਰੱਖਣੇ ਸ਼ੁਰੂ ਕਰ ਦਿੱਤੇ ਨਹੀਂ ਜੀ ਓਬਵੀਅਸਲੀ ਜਦੋਂ ਧਿਆਨ ਆਇਆ ਵੀ ਹੁਣ ਡੈਕੋਰੇਸ਼ਨਸ ਦਾ ਵੀ ਕਰ ਲਈਏ ਨਾਲ ਹੀ ਟੁਗੈਦਰ ਵਿਦ ਵੀਡੀਓ ਐਂਡ ਫੋਟੋਗ੍ਰਾਫੀ ਅਤੇ ਸਭ ਤੋਂ ਪਹਿਲਾਂ ਓਬਵੀਅਸਲੀ ਆਈ ਵੈਂਟ ਐਂਡ ਐਨਰੋਲ ਮਾਈਸੈਲਫ ਵਿਦ ਦ ਕਾਲਜ ਫਿਰ ਮੈਂ 2 ਸਾਲ ਦਾ ਫਲੋਰਿਸਟਰੀ ਦਾ ਕੋਰਸ ਕੀਤਾ ਸੀਗਾ 2 ਸਾਲ ਦਾ ਤੁਸੀਂ ਕੀਤਾ 2 ਸਾਲ ਦਾ ਕੀਤਾ ਜਿਹਦੇ ਵਿੱਚ ਸਾਰਾ ਸਿਖਾਉਂਦੇ ਕਿੱਦਾਂ ਕੀ ਕਰਨਾ ਕਿੱਦਾਂ ਹੈਗਾ ਆ ਹਾਂਜੀ ਓਕੇ ਮੈਨੂੰ ਨਹੀਂ ਇਹ ਗੱਲ ਪਤਾ ਸੀ ਵੀ ਇਹਦਾ ਇੰਨਾ ਲੰਬਾ ਟਾਈਮ ਦਾ ਕੋਰਸ ਕਹਿ ਲਓ ਉਹੀ ਹੋ ਗਿਆ ਜਿੱਦਾਂ ਅਸੀਂ ਗ੍ਰੈਜੂਏਸ਼ਨ ਕਰਦੇ ਕੋਈ 3 ਸਾਲ ਦੀ ਕੋਈ 2 ਸਾਲ ਦੀ ਜੀ ਉਹੀ ਚੀਜ਼ ਹੋ ਗਈ ਤੁਸੀਂ ਪੂਰੇ 2 ਸਾਲ ਇਸ ਚੀਜ਼ ਨੂੰ ਸਿੱਖਣ ਵਾਸਤੇ ਲਾਏ ਪਹਿਲਾਂ ਹਾਂਜੀ ਅਤੇ ਉਸ ਵੇਲੇ ਜਦੋਂ ਤੁਸੀਂ ਇਹ ਮਨ ਬਣਾ ਲਿਆ ਵੀ ਮੈਂ ਇਸ ਸਾਈਡ ਵਿੱਚ ਜਾਣਾ ਆ ਹੁਣ ਤੁਹਾਨੂੰ ਕੋਰਸ ਵੀ ਕਰਨਾ ਪੈਣਾ ਕਾਲਜ ਵੀ ਜਾਣਾ ਪੈਣਾ ਤੁਹਾਡੀ ਫੈਮਿਲੀ ਦਾ ਕੀ ਰਿਐਕਸ਼ਨ ਸੀ ਇਹਦੇ ਬਾਰੇ ਆਈ ਵਾਸ ਵੈਰੀ ਲੱਕੀ ਇਨ ਦ ਸੈਂਸ ਵੀ ਮੇਰਾ ਹਸਬੈਂਡ ਨੇ ਵੀ ਫੁੱਲ ਸਪੋਰਟ ਦਿੱਤਾ ਸੀਗਾ ਅਤੇ ਐਂਡ ਓਬਵੀਅਸਲੀ ਮੇਰੀ ਮਦਰ ਇਨ ਲੋ ਮੇਰੀ ਸੱਸ ਵੀ ਹਾਂਜੀ ਉਹਨਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਸੀਗਾ ਉਹਨਾਂ ਨੂੰ ਮਾਇੰਡ ਨਹੀਂ ਸੀਗਾ ਵੀ ਤੁਸੀਂ ਘਰ ਫੈਮਿਲੀ ਬੱਚੇ ਛੱਡ ਕੇ ਹੁਣ ਤੁਸੀਂ ਵੀ ਆਪਣਾ ਕੰਮ ਸ਼ੁਰੂ ਕਰਨ ਲੱਗੇ ਆ ਨਹੀਂ ਕੋਈ ਵੀ ਨਹੀਂ ਸੀਗਾ ਸ਼ੀ ਫੁੱਲੀ ਸਪੋਰਟਡ ਮੀ 100% ਮੇਰਾ ਸਪੋਰਟ ਕੀਤਾ ਸੀਗਾ ਉਹਨਾਂ ਨੇ ਮੋਮ ਹਮੇਸ਼ਾ ਕਹਿੰਦੀ ਹੁੰਦੀ ਸੀਗੀ ਆਈ ਵਿਲ ਲੁੱਕ ਆਫਟਰ ਦ ਕਿਡਸ ਮੈਂ ਆਪੇ ਨਿਆਣੇ ਸਾਂਭੂੰਗੀ ਘਰ ਦਾ ਤੂੰ ਫਿਕਰ ਨਾ ਕਰ ਤੂੰ ਆਪਣਾ ਜੋ ਤੇਰਾ ਮਨ ਕਰਦਾ ਆ ਤੂੰ ਉਹ ਹੀ ਕਰ ਲੈ ਜਦੋਂ ਤੁਸੀਂ ਉਹ ਬਿਜ਼ਨਸ ਸਟਾਰਟ ਕਰਨ ਲੱਗੇ ਕਿ ਤੁਹਾਨੂੰ ਵੀ ਕੋਈ ਮੁਸ਼ਕਲਾਂ ਦਾ ਸਾਹਮਣਾ ਆਇਆ ਪਹਿਲਾਂ ਵੀ ਕਿੱਦਾਂ ਸ਼ੁਰੂ ਕਰਨਾ ਕਿਹੜਾ ਪਹਿਲਾ ਸਟੈਪ ਆ ਜਾਂ ਕਹਿ ਲਓ ਜਦੋਂ ਤੁਹਾਡਾ ਪਹਿਲਾ ਔਡਰ ਸੀਗਾ ਵਾਜ਼ ਯੂ ਲਾਈਕ ਪੈਨਿਕ ਕਿੱਦਾਂ ਮਤਲਬ ਤੁਸੀਂ ਥੋੜ੍ਹਾ ਜਿੱਦਾਂ ਸੀਗਾ ਵੀ ਡਰ ਮੇਰਾ ਫਸਟ ਔਡਰ ਜਾਣਾ ਜਾਂ ਮੈਂ ਪਹਿਲੀ ਵਾਰ ਇਹ ਚੀਜ਼ ਕਰਨ ਲੱਗੀ ਹੈਗੀ ਹਾਂ ਹਾਂਜੀ ਉਹ ਤਾਂ ਹੁੰਦਾ ਹੀ ਆ ਫਸਟ ਟਾਈਮ ਜਦੋਂ ਵੀ ਕੋਈ ਕੰਮ ਵੀ ਤੁਸੀਂ ਸ਼ੁਰੂ ਕਰੋ ਫਸਟ ਟਾਈਮ ਤਾਂ ਹਮੇਸ਼ਾ ਡਰ ਹੀ ਰਹਿੰਦਾ ਆ ਵੀ ਸਾਰਾ ਕੁਛ ਠੀਕ ਠਾਕ ਹੋ ਜਾਵੇ ਹਾਂ ਉਹ ਤਾਂ ਹੈ ਬਟ ਦੈਨ ਓਬਵੀਅਸਲੀ ਉਹ ਡਰ ਇੱਕ ਵੈਸੇ ਚੰਗੀ ਗੱਲ ਹੁੰਦੀ ਆ ਬਿਕਾਜ਼ ਆਪਾਂ ਸਿੱਖਦੇ ਵੀ ਹੈਗੇ ਹਾਂਜੀ ਇਟ ਮੇਕਸ ਯੂ ਮੋਰ ਅਟੈਂਟਿਵ ਦੈਟਸ ਰਾਈਟ ਤੁਸੀਂ ਜ਼ਿਆਦਾ ਵਧੀਆ ਕਰਦੇ ਆ ਹਾਂਜੀ ਵੀ ਮੇਕ ਸ਼ੋਰ ਵੀ ਤੁਹਾਡੇ ਕੋਲ ਕਿਤੇ ਕੋਈ ਗਲਤੀ ਨਾ ਹੋ ਜਾਵੇ ਕੋਈ ਚੀਜ਼ ਛੁੱਟ ਨਾ ਜਾਵੇ ਤਾਂ ਅਸੀਂ ਜ਼ਿਆਦਾ ਸਕੋ ਕੇਅਰਫੁਲੀ ਧਿਆਨ ਨਾਲ ਕਰਦੇ ਆ ਜੀ ਸੋ ਜਦੋਂ ਤੁਸੀਂ ਆਪਣਾ ਬਿਜ਼ਨਸ ਸਾਰਾ ਸ਼ੁਰੂ ਕਰ ਲਿਆ ਮਤਲਬ ਤੁਹਾਡਾ ਇੱਕ ਸੈਟਅਪ ਹੋ ਗਿਆ ਮਤਲਬ ਤੁਸੀਂ ਆਪਣੇ ਹਸਬੈਂਡ ਨਾਲ ਜਿੱਦਾਂ ਕਹਿੰਦੇ ਵੀ ਤੁਸੀਂ ਕਰਨਾ ਸਟਾਰਟ ਕੀਤਾ ਸੀਗਾ ਜੀ ਅਤੇ ਤੁਹਾਡੇ ਦਿਮਾਗ 'ਚ ਇੱਦਾਂ ਆਉਂਦਾ ਸੀ ਵੀ ਮੇਰੇ ਹੁਣ ਜਿਹੜੀ ਫੈਮਿਲੀ ਲਾਈਫ ਪਿੱਛੇ ਰਹਿ ਰਹੀ ਆ ਮੈਂ ਹੁਣ ਆਪਣਾ ਬਿਜ਼ਨਸ ਵੱਲ ਅੱਗੇ ਵੱਧ ਰਹੀ ਹਾਂ ਬੱਚਿਆਂ ਦਾ ਕਿੱਦਾਂ ਕਦੀ ਮਨ 'ਚ ਇੱਦਾਂ ਵਰੀ ਆਉਂਦੀ ਸੀ ਜਾਂ ਕੁਛ ਹਾਂਜੀ ਉਹ ਤਾਂ ਹੈ ਐਸ ਅ ਲੇਡੀ ਐਸ ਅ ਮਦਰ ਮਨ 'ਤੇ ਦੇ ਵਿੱਚ ਰਹਿੰਦਾ ਹੀ ਰਹਿੰਦਾ ਆ ਵੀ ਹਾਊ ਦ ਕਿਡਸ ਵੀ
I'm working. Sometimes there are come decorations there. Yeah. Sometimes she starts very early in the morning. Yes. ते फिर कई बार रात में भी 12-1 बजे जाना पड़ता है. बिल्कुल. हाँ ते इस तरह पर लकी करके फिर न्याने दा इन्ना फिकर भी नहीं सीगा. सोचीदा हुंदा है भी आपा जो भी करते हैं न्याने दे फ्यूचर लिए करते हैं. हाँ जी उन्हें फायदे लिए करते हैं ते फिकर भी नहीं इन्ना हैगा सीगा करके. फिर मदर इन लॉ सीगी उन्हें दी दादी सीगी उन्हें दे देख पा जे माम दूर रहंदे किते नेड़े ना हुंदे चलो होर किते रहंदे थोड़े डिस्टेंस रहंदे बच्चे फिर थानू छड़ने पैंदे कई बार माम कोल आ सकदे आ नहीं आ सकदे फिर शायद तो चीज आई थिंक सानू ज्यादा बदर करनी सी हाय बच्चे कल्ले आ किद्दां छड़ने आ की करना आ. सो थानू फुल सपोर्ट उस चीज दी मिली हैगी आ. हां जी फुल सपोर्ट मिली सी कि बच्चे नहीं छड़ने पे है कि किते भी है ना. हां जी ते थोड़ियां फैमिलीयां ने थोड़ी साइड फैमिली ने किद्दां थानू सपोर्ट दित्ती सी. ए तां हो गई इक मदर इन लॉ दी सपोर्ट. हां जी थोड़ी अपनी फैमिली जिहड़ी मलेशिया दे विच बैठे आ जदों तुसीं उहनां नूं दस्या उहनां दी की थानू सपोर्ट मिली सी. Their reaction was the same. Yeah. They, what jira tera man lagda ya karne nu, you do that. Mm. I mean, to be self-employed, especially for a woman, ha, yes. Kafi difficult gal hundi ya. Very, yes. Ha, I've got jiri meri prerna ya, I would say as well has come from my mother too. Yeah. Because being a housewife, she's always been a housewife. Dad kam karde hunde sige. The par kuch na kuch karde rehnde sige at home. Matlab mamne side te kuch na kuch kari jana. Haan ji. Jithe tuhanu jyada motivation mila. Sanu kuch karde vi rehna chahida naal di naal. Ji, haan ji. ਇੱਕ ਇੱਕ ਪਾਸੇ ਦੇਖਿਆ ਜਾਵੇ ਨਿਸ਼ਾ ਜਿੱਦਾਂ ਅਸੀਂ ਥੋੜੇ ਜਿਹੇ ਆਪਣੇ ਆਪਣੇ ਇੰਡੀਪੈਂਡੈਂਟ ਵੀ ਆਈ ਥਿੰਕ ਫੀਲ ਕਰਦੇ ਆ. ਤੁਹਾਨੂੰ ਕਿਸੇ ਦੇ ਮੋਰੇ ਹੱਥ ਨਹੀਂ ਅੱਡਣੇ ਪੈਂਦੇ ਕੁਝ ਪੈਸੇ ਨਹੀਂ ਮੰਗਣੇ ਪੈਂਦੇ ਜਾਂ ਕੁਝ. ਜੇ ਹੁਣ ਅਸੀਂ ਇੱਕ ਹਾਊਸ ਵਾਈਫ ਹੀ ਬਣ ਕੇ ਰਹਿ ਜਾਂਦੇ ਆ ਸਾਨੂੰ ਮੇਰੇ ਖਿਆਲ ਆਪਣੇ ਹਸਬੰਡ ਵੱਲ ਦੇਖਣਾ ਪੈਂਦਾ. ਦੈਟਸ ਰਾਈਟ. ਨਿੱਕੀ ਨਿੱਕੀ ਚੀਜ਼ ਵੱਲ ਦੱਸਣਾ ਕਰਨਾ ਵੀ ਪੈਂਦਾ. ਸੋ ਇਨ ਅ ਵੇ ਤੁਸੀਂ ਆਪਣੇ ਆਪ ਨੂੰ ਆਪੇ ਮੈਨੇਜ ਕਰਦੇ ਹੋ. ਤੁਹਾਨੂੰ ਕਿਸੇ ਵੱਲ ਕੋਈ ਹੱਥ ਨਹੀਂ ਅੱਦਾ ਕਰਨਾ ਪੈਂਦਾ ਕੁਝ ਨਹੀਂ. ਮਤਲਬ ਤੁਹਾਨੂੰ ਪਤਾ ਵੀ ਹਾਂ ਇੰਨੀ ਮੇਰੀ ਇਨਕਮ ਆ ਇੰਨੇ ਹੀ ਹੁਣ ਮੈਂ ਖਰਚ ਸਕਦੀ ਹਾਂ. ਸੋ ਉਹ ਚੀਜ਼ ਦਾ ਵੀ ਅਸੀਂ ਹਿਸਾਬ ਪੂਰਾ ਰੱਖਦੇ ਹਾਂ. ਨਹੀਂ ਤਾਂ ਇਹ ਚੀਜ਼ਾਂ ਦੇ ਵੀ ਹਿਸਾਬ ਸਾਡੇ ਕੋਲ ਹੁੰਦੇ ਨਹੀਂ ਹੈਗੇ. ਆਪਾਂ ਮੰਗੀ ਜਾਣੇ ਜਾਂ ਕਈ ਜਾਣੇ ਕਰੀ ਜਾਣੇ ਅਗਲੇ ਨੇ ਵੀ ਸੋਚਣਾ ਵੀ ਕਿਉਂ ਮੰਗੀ ਜਾਂਦੀ ਬਾਰ ਬਾਰ. ਹੁਣ ਤਾਂ ਹਲੇ ਦਿੱਤੇ ਸੀਗੇ. ਹਾਂਜੀ ਉਹ ਚੀਜ਼ਾਂ ਨੂੰ ਆਈ ਥਿੰਕ ਤੁਸੀਂ ਆਪਣੇ ਆਪ ਨੂੰ ਆਪਣੇ ਉਸ ਪੈਰਾਂ 'ਤੇ ਖੜੇ ਕੀਤਾ ਵੀ ਤੁਹਾਨੂੰ ਕਿਸੇ ਵੱਲ ਵੀ. ਮੈਂ ਇਹ ਨਹੀਂ ਕਹਿੰਦੀ ਇੱਕ ਬੁਰੀ ਗੱਲ ਹੁੰਦੀ ਆ. ਦੇਖੋ ਅਸੀਂ ਹਸਬੈਂਡ ਵਾਈਫ ਆ, ਸਾਡਾ ਸਾਂਝਾ ਹੁੰਦਾ ਆ. ਹਾਂਜੀ ਅਸੀਂ ਇੱਕ ਦੂਸਰੇ ਕੋਲ ਹੈਲਪ ਮੰਗਣੀ ਆ. ਜੇ ਮੈਂ ਨਹੀਂ ਕੰਮ ਕਰਦੀ ਮੈਂ ਮੰਗਾਂਗੀ, ਮੇਰੇ ਹਸਬੈਂਡ ਨਹੀਂ ਕੰਮ ਕਰਦੇ ਉਹ ਮੇਰੇ ਕੋਲ ਮੰਗਣਗੇ. ਜੀ ਪਰ ਇੱਕ ਹੁੰਦਾ ਸੀ ਇੰਡੀਪੈਂਡੈਂਸ ਹੋ ਜਾਂਦਾ ਥੋੜਾ ਜਿਹਾ ਹੋ ਜਾਂਦਾ ਵੀ ਅਸੀਂ ਕਿਸੇ ਦੇ ਵੱਲ ਦੇਖਦੇ ਨਹੀਂ ਹੈਗੇ. ਹਾਂਜੀ ਸਾਨੂੰ ਮਤਲਬ ਉਹ ਕਮੀ ਜਾਂ ਗੱਲ ਉਹ ਆਪਾਂ ਨੂੰ ਫੀਲ ਨਹੀਂ ਹੁੰਦੀ ਵੀ ਹਾਂ ਸਾਨੂੰ ਪਤਾ ਹੈ ਮੇਰੀ ਪਾਕਿਟ ਚੋਂ 10 ਪੌਂਡ ਹੀ ਆ ਤੇ ਮੈਂ ਇਹਦੇ ਵਿੱਚ 5 ਖਰਚੇ ਨੇ ਤੇ 5 ਦਾ ਮੈਂ ਹਲੇ ਬਿੱਲ ਵੀ ਦੇਣੇ ਆ. ਅੱਛਾ ਉਹ ਚੀਜ਼ਾਂ ਵੀ ਸਾਨੂੰ ਰਿਅਲਾਈਜ਼ ਕਰਾਉਂਦੀਆਂ ਚੀਜ਼ਾਂ ਵੀ ਨਾਲ ਨਾਲ. ਤੇ ਹੁਣ ਤੁਹਾਡਾ ਬਿਜ਼ਨਸ ਇਸ ਵੇਲੇ ਸਾਰਾ ਕੁਝ ਸੈੱਟ ਹੈਗਾ ਸਾਰਾ ਤੇ ਕਿੱਦਾਂ ਤੁਹਾਨੂੰ ਆਰਡਰਸ ਵਗੈਰਾ ਹੁਣ ਅੱਜ ਕੱਲ੍ਹ ਜਿਹੜੀ ਇੰਨੀ ਟੈਕਨੋਲੋਜੀ ਵਧੀ ਹੋਈ ਆ ਸਾਰਾ ਕੁਝ ਹੈਗਾ ਆ ਤੁਸੀਂ ਆਨਲਾਈਨ ਆਰਡਰਸ ਵਗੈਰਾ ਵੀ ਲੈਂਦੇ ਹੋ ਸਾਰਾ ਕੁਝ? ਹਾਂਜੀ ਜ਼ਰੂਰ ਉਹ ਤੇ ਡੈਫੀਨਿਟਲੀ ਆ. ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਲਾਈਕ ਯੂ ਜਸਟ ਸੈਡ ਹੈ ਨਾ ਟੈਕਨੋਲੋਜੀ ਦੇ ਨਾਲ ਅੱਜ ਕੱਲ੍ਹ ਇੰਟਰਨੈਟ ਤੇ ਸਾਰਾ ਕੁਝ ਕੰਮ ਇੰਟਰਨੈਟ ਤੇ ਹੋ ਹੀ ਜਾਂਦਾ ਆ. We have got we do it on online. Yeah. Online TV hai, Facebook te, yes. And then for Instagram we have Gaya. Right. Ji, ji. ਪਹਿਲਾ ਦੌਰ ਹੁੰਦਾ ਸੀ ਜਦੋਂ ਵਿਆਹ ਸ਼ਾਦੀਆਂ ਹੁੰਦੇ ਸੀ ਮੇਰਾ ਖਿਆਲ ਬੱਚਿਆਂ ਨੂੰ ਪਤਾ ਵੀ ਨਹੀਂ ਹੁੰਦਾ ਸੀ ਪੇਰੈਂਟਸ ਨੇ ਹੋਲ ਵਿੱਚ ਕੀ ਡੈਕੋਰੇਸ਼ਨ ਆ ਜਾਂ ਕਿਸ ਤਰ੍ਹਾਂ ਦੀ ਸੈਟਅਪ ਕੀਤੀ ਹੋਈ ਆ ਕੁਛ ਨਹੀਂ ਪਤਾ ਹੁੰਦਾ ਸੀ ਮੇਰਾ ਖਿਆਲ ਸਾਡੇ ਜ਼ਮਾਨੇ ਦੀ ਜੇ ਆਪਾਂ ਗੱਲ ਕਰੀਏ. ਅੱਜ ਕੱਲ੍ਹ ਬੱਚੇ ਬਹੁਤ ਹੀ ਨਿੱਕੀ ਨਿੱਕੀ ਚੀਜ਼ਾਂ ਦਾ ਧਿਆਨ ਰੱਖਦੇ ਆ. ਜੇ ਮੈਂ ਅੱਜ ਇਸ ਕਲਰ ਦੇ ਫਲਾਵਰਸ ਲੈ ਲਏ ਮੈਂ ਕੱਲ੍ਹ ਨੂੰ ਨਹੀਂ ਲੈਣੇ. ਕੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੀ ਇੱਦਾਂ ਦੀਆਂ ਮੁਸ਼ਕਲਾਂ ਆਉਂਦੀਆਂ ਆ ਵੀ ਆ ਕੇ ਡਿਮਾਂਡਸ ਵਗੈਰਾ ਤੁਹਾਨੂੰ ਕਰਦੇ ਆ? ਹਾਂਜੀ ਫਰਕ ਤੇ ਹੈ. ਬਿਫੋਰ ਵੈਨ ਆਈ ਸਟਾਰਟਡ ਜਦੋਂ ਮੈਂ ਸ਼ੁਰੂਆਤ ਕੀਤੀ ਸੀਗੀ ਵੀ ਅਸੀਂ ਫਿਰ ਦ ਮੋਮ ਐਂਡ ਡੈਡ ਦੇ ਨਾਲ ਸਾਰਾ ਕੁਝ ਵੀਡੀਓ ਫੋਟੋਗ੍ਰਾਫੀ ਜਾਂ ਵੀਡੀਓ ਹੋ ਜਾਵੇ ਜਾਂ ਡੈਕੋਰੇਸ਼ਨਸ ਹੋ ਜਾਵੇ ਅਸੀਂ ਮੋਮ ਐਂਡ ਡੈਡ ਦੇ ਨਾਲ ਸਾਰਾ ਗੱਲਾਂ ਬਾਤਾਂ ਬਿਕਾਜ਼ ਐਟ ਦ ਐਂਡ ਆਫ ਦ ਡੇ ਮੋਮ ਐਂਡ ਡੈਡ ਪੇਸ ਦ ਮਨੀ ਤੇ ਐਟ ਦ ਮੋਮੈਂਟ ਵੀ ਜ਼ਿਆਦਾ ਅਸੀਂ ਬ੍ਰਾਈਡ ਐਂਡ ਗਰੂਮ ਦੇ ਨਾਲ ਇੰਟਰੈਕਟ ਕਰਦੇ ਹਾਂ ਆਲਦੋ
ਮੇਰੇ ਖਲ ਪੇਰੈਂਟਸ ਇੱਕ ਸਾਈਡ ਤੇ ਹੁੰਦੇ ਆ ਵਿਚਾਰੇ ਪੇ ਨਾਲ ਜਾਣਾ ਹੈ ਬਿੱਲ ਅਸੀਂ ਦੇਣਾ ਚੈੱਕ ਅਸੀਂ ਦੇਣਾ ਹੈ ਤੇ ਪੇਰੈਂਟਸ ਦਿੰਦੇ ਹਲੇ ਵੀ ਹਾਂ ਬਟ ਦ ਟ੍ਰੈਂਡ ਹੈਸ ਚੇਂਜ ਟੋਟਲੀ ਚੇਂਜ ਅਜਕਲ ਬ੍ਰਾਈਡ ਐਂਡ ਗਰੂਮ ਦੇ ਗੁੱਡ ਵੇ ਚੇਂਜ ਆ ਜਾਂ ਬੈਡ ਵੇ ਚੇਂਜ ਹੈਗਾ ਆ ਬੋਥ ਵੇ ਤੁਸੀਂ ਕਿੱਦਾਂ ਸੋਚਦੇ ਆ ਹਾਂਜੀ ਦੋਨੇ ਤਰ੍ਹਾਂ ਹੀ ਤੁਹਾਨੂੰ ਲੱਗਦਾ ਹਾਂਜੀ ਤੁਹਾਨੂੰ ਕਦੀ ਕਦੀ ਲੱਗਦਾ ਕਿ ਬੱਚੇ ਥੋੜਾ ਜਿਹਾ ਜ਼ਿਆਦਾ ਪ੍ਰੈਸ਼ਰ ਪਾ ਦਿੰਦੇ ਪੇਰੈਂਟਸ ਦੇ ਉੱਪਰ ਵੀ ਇੱਕ ਜਿੱਦਾਂ ਨਹੀਂ ਹੁੰਦਾ ਕੋਈ ਡਿਮਾਂਡ ਕਰਦੇ ਮੈਨੂੰ ਆਹੀ ਚੀਜ਼ ਚਾਹੀਦੀ ਆ ਜੀ ਤੁਹਾਨੂੰ ਲੱਗਦਾ ਉਸ ਚੀਜ਼ ਦਾ ਪੇਰੈਂਟਸ ਤੇ ਵੀ ਇੱਕ ਭਾਰ ਪੈਂਦਾ ਆ ਕਈ ਵਾਰੀ ਪੇਰੈਂਟਸ ਵਿਚਾਰੇ ਉਹ ਚੀਜ਼ ਨਹੀਂ ਅਫੋਰਡ ਕਰ ਸਕਦੇ ਪਰ ਲੇਕਿਨ ਬੱਚੇ ਉਹ ਚੀਜ਼ ਦੀ ਡਿਮਾਂਡ ਕਰਦੇ ਆ ਹਾਂਜੀ ਇਹ ਤੇ ਹੈ ਬਿਕੋਜ਼ ਅੱਜ ਕੱਲ੍ਹ ਡਿਮਾਂਡ ਹੈਗਾ ਆ ਬਹੁਤ ਜ਼ਿਆਦਾ ਡੈਕੋਰੇਸ਼ਨਸ ਵੀ ਵੱਧ ਗਈਆਂ ਆ ਅੱਗੇ ਵਾਂਗੂ ਨਹੀਂ ਹੈਗੇ ਯੂ ਜਸਟ ਪੁੱਟ ਇੱਕ ਵਾਸ ਰੱਖ ਦਿਓ ਇੱਧਰ ਉੱਧਰ ਬਲੂਨਸ ਲਾਦੇ ਨੇ ਆ ਅੱਜ ਕੱਲ੍ਹ ਤੇ ਸਾਰਾ ਕੁਝ ਐਵਰੀਥਿੰਗ ਇਨ ਡੀਟੇਲਡ ਹਾਂਜੀ ਤੇ ਓਬਵੀਅਸਲੀ ਅੱਗੇ ਵਾਂਗੂ ਨਹੀਂ ਹੈਗਾ ਜਿੱਦਾਂ ਪ੍ਰਾਈਸਿਸ ਵਗੈਰਾ ਆਲ ਦੇ ਆਲ ਆ ਟੋਟਲੀ ਡਿਫਰੈਂਟ ਐਸ ਵੈਲ ਹਾਂਜੀ ਸੋ ਪੀਪਲ ਦੇ ਅੰਡਰਸਟੈਂਡ ਕਰਦੇ ਆ ਸਾਰੀਆਂ ਚੇਂਜਸ ਪੇਰੈਂਟਸ ਨੂੰ ਵੀ ਹੁਣ ਪਤਾ ਹੀ ਹੈਗਾ ਤਕਰੀਬਨ ਜਿਹੜੀਆਂ ਚੀਜ਼ਾਂ ਅੱਜ ਕੱਲ੍ਹ ਡਿਮਾਂਡਸ ਵਧੀਆਂ ਹੋਈਆਂ ਡੈਕੋਰੇਸ਼ਨ ਵਧੀਆਂ ਹੋਈਆਂ ਸਾਰਾ ਕੁਝ ਹੈਗਾ ਕੀ ਤੁਹਾਡੇ ਬੱਚੇ ਵੀ ਹੈਲਪ ਕਰਦੇ ਆ ਤੁਹਾਨੂੰ ਬਿਜ਼ਨਸ ਦੇ ਵਿੱਚ ਹਾਂਜੀ ਮਾਈ ਚਿਲਡਰਨ ਹੈਸ ਆਲਵੇਜ਼ ਹੈਲਪਡ ਮੀ ਮੇਰੀ ਡੋਟਰ ਵੀ ਹੈਲਪ ਕਰਦੀ ਰਹੀ ਸੀਗੀ ਐਂਡ ਦੈਨ ਆਬਵੀਅਸਲੀ ਹੁਣ ਸ਼ੀ ਇਜ਼ ਗਾਟ ਮੈਰਿਡ ਆਲਰਾਈਟ ਓਕੇ ਐਂਡ ਮਾਈ ਸਨਸ ਆਰ ਹੈਲਪਿੰਗ ਵਿਦ ਅਸ ਐਸ ਵੈਲ ਆਲਦੋ ਦੇ ਹੈਵ ਗਾਟ ਥੇਅਰ ਓਨ ਜੋਬਸ ਟੂ ਟੈਕਨੋਲੋਜੀ ਨੀ ਵਰਤਦੇ ਸੀਗੇ ਹੁਣ ਸਾਰਾ ਕੁਛ ਸਿੱਖਣਾ ਪੈਂਦਾ ਦੁਬਾਰਾ ਸਿੱਖਣਾ ਪੈਂਦਾ ਆ ਸੋ ਹੁਣ ਜਿੱਦਾਂ ਵੀ ਕਰਨਾ ਆ ਤੇ ਨਿਆਣਿਆਂ ਦੇ ਨਾਲ ਬਹਿ ਕੇ ਕਰੀਦਾ ਆ ਬਈ ਆ ਕਰਕੇ ਕੀ ਕਰੀਏ ਹਾਂਜੀ ਕਿੱਦਾਂ ਕਰੀਏ ਓਬਵੀਅਸਲੀ ਸਮਟਾਈਮਸ ਕਲਰ ਸਕੀਮ ਸਮਟਾਈਮਸ ਟੂ ਹੈਡਸ ਇਜ਼ ਬੈਟਰ ਦੈਨ ਵਨ ਯੈਸ ਯਾ ਵਿਚ ਇਜ਼ ਰੀਲੀ ਗੁੱਡ ਤੇ ਤੁਸੀਂ ਜਿੱਦਾਂ ਹੁਣ ਅੱਜ ਕੱਲ੍ਹ ਵੈਡਿੰਗਸ ਵਗੈਰਾ ਕਹਿੰਦੇ ਪਹਿਲਾਂ ਤਾਂ 600-700 ਬੰਦਾ ਵੈਡਿੰਗਸ ਤੇ ਆ ਜਾਂਦਾ ਸੀ ਹੁਣ ਉਨਾ ਹੀ ਘਟੀ ਜਾਂਦਾ ਥੋੜ੍ਹਾ ਜਿਹਾ ਵੀ ਇਹ ਚੀਜ਼ਾਂ ਦਾ ਫਰਕ ਤੁਹਾਡੇ ਬਿਜ਼ਨਸ ਤੇ ਪਿਆ ਹੈਗਾ ਆ ਹਾਂਜੀ ਹੁਣ ਤੇ ਬਿਕੋਜ਼ ਆਫ ਦ ਕਰੰਟ ਸਿਚੁਏਸ਼ਨ ਯਾ ਤੇ ਆਈ ਥਿੰਕ ਵੈਡਿੰਗਸ ਅੱਗੇ ਜ਼ਮਾਨੇ ਤੇ ਕਈ ਵਾਰ 800-900 ਵੀ ਹੋ ਜਾਂਦੇ ਸੀਗੇ ਹਜ਼ਾਰ ਬੰਦੇ ਵੀ ਹੋ ਜਾਂਦੇ ਸੀਗੇ ਬਟ ਐਤਕੀ ਹੁਣ ਆਈ ਥਿੰਕ ਘੱਟੋ ਘੱਟ ਮੇ ਬੀ 300-200 ਹਲੇ ਵੀ ਹੈਗੇ ਆ 500-600 ਤੇ ਹੈਗੇ ਆ ਹੋ ਜਾਂਦੇ ਆ ਹਾਂਜੀ ਬਟ ਦੇ ਆਰ ਕਮਿੰਗ ਡਾਊਨ ਇਨ ਨੰਬਰਸ which is quite good as well in a way parents se bhi less pressure ra thoda less pressure oh yeah, I think ek event nu assi nicely kar sakde ha ਥੋੜ੍ਹਾ ਜ਼ਿਆਦਾ ਵਧੀਆ ਕਰ ਸਕਦੇ ਹਾਂ ਵਟ ਐਵਰ ਬੱਚਿਆਂ ਦੀ ਡਿਮਾਂਡਸ ਹੁੰਦੀਆਂ ਵੀ ਚਲੋ ਸਰਟਨ ਕਾਇੰਡ ਦੀ ਮੈਂ ਡੈਕੋਰੇਸ਼ਨ ਲੈਣੀ ਕੋਈ ਚੀਜ਼ ਕਰਨੀ ਆ ਅੱਜ ਕੱਲ੍ਹ ਤਾਂ ਸੈਟਅਪ ਬੜੀਆਂ ਸੋਹਣੀਆਂ ਸੋਹਣੀਆਂ ਆਉਂਦੀਆਂ ਪ੍ਰੀ ਵੈਡਿੰਗ ਪਾਰਟੀਜ਼ ਤੇ ਕਹਿ ਦਿੰਦੇ ਅਸੀਂ ਆਹ ਸੈਟਅਪ ਲੈਣੀ ਆ ਦੈਟਸ ਰਾਈਟ ਯੈਸ ਸੋ ਯੂ ਡੂ ਆਲ ਦੈਟ ਹੈ ਨਾ ਤੁਸੀਂ ਐਵਰੀਥਿੰਗ ਐਂਡ ਐਵਰੀਥਿੰਗ ਜੀ ਸੋ ਨਿਸ਼ਾ ਜੀ ਮੈਂ ਇੱਕ ਹੁਣ ਤੁਹਾਨੂੰ ਗੱਲ ਪੁੱਛਾਂ ਵੀ ਜਿੱਥੋਂ ਤੁਸੀਂ ਜਦੋਂ ਸ਼ੁਰੂ ਕੀਤਾ ਤੇ ਹੁਣ ਜਿੱਥੇ ਤੁਸੀਂ ਹੈਗੇ ਹਾਊ ਡੂ ਯੂ ਫੀਲ ਇਨ ਯੋਰਸੈਲਫ ਤੁਸੀਂ ਕਿੱਦਾਂ ਆਪਣੇ ਆਪ ਨੂੰ ਫੀਲ ਕਰਦੇ ਕਿੱਦਾਂ ਸੋਚਦੇ ਹੋ ਜਿੱਥੋਂ ਤੁਸੀਂ ਆਏ ਤੇ ਹੁਣ ਇੱਦਾਂ ਆ ਕਰਕੇ ਪਹਿਲਾਂ ਜਦੋਂ ਸ਼ੁਰੂਆਤ ਕੀਤੀ ਸੀਗੀ ਉਦੋਂ ਯੂ ਡੋਂਟ ਥਿੰਕ ਵੀ ਤੁਸੀਂ ਇੱਥੇ ਤੱਕ ਪਹੁੰਚ ਸਕਦੇ ਇੰਨੀ ਫਾਰ ਯੈਸ ਐਂਡ ਦਿਸ ਫਾਰ ਬੀਨ ਡੂਇੰਗ ਇਟ ਲਾਈਕ ਫੋਰ 20 ਸਾਲ ਤੇ ਹੋ ਗਏ ਹਾਂਜੀ ਤੇ ਹੁਣ ਇਟਸ ਜਸਟ ਗੋਇੰਗ ਫਰੋਮ ਸਟਰੈਂਥ ਟੂ ਸਟਰੈਂਥ ਯੈਸ ਹਾਂਜੀ ਕਹਿਰਾ ਵੈਡਿੰਗ ਮਾਰਕੀਟ ਦੇ ਵਿੱਚ ਕਹਿਰਾ ਸਮਟਾਈਮਸ ਯੂ ਹੈਵ ਟੂ ਗੋ ਵਿਦ ਦ ਫਲੋ ਦੈਟਸ ਰਾਈਟ ਹਾਂ ਜਿੱਦਾਂ ਜਿੱਦਾਂ ਮਾਰਕੀਟ ਚੇਂਜ ਹੋਈ ਜਾਂਦੀ ਆ ਤੁਹਾਨੂੰ ਵੀ ਨਾਲ ਨਾਲ ਆਈਡੀਆਜ਼ ਚੀਜ਼ਾਂ ਚੇਂਜ ਕਰਨੀਆਂ ਪੈਂਦੀਆਂ ਸਾਰਾ ਕੁਝ ਦੈਟਸ ਹਾਂਜੀ ਚੇਂਜ ਕਰਨੇ ਨਹੀਂ ਉਸ ਚੀਜ਼ ਦਾ ਪ੍ਰੈਸ਼ਰ ਹੁੰਦਾ ਤੁਹਾਡੇ ਤੇ ਪਹਿਲਾਂ ਦੇਖੋ ਪਹਿਲਾਂ ਮੇਰੇ ਕੋਲ ਆਹ ਡੈਕੋਰੇਸ਼ਨ ਸੀ ਹੁਣ ਇਹਨੂੰ ਤਾਂ ਇੱਕ ਪਾਸੇ ਕਰ ਦਿੱਤਾ ਮੈਨੂੰ ਮੁੜ ਕੇ ਦੁਬਾਰਾ ਪੈਸੇ ਲਾਣੇ ਪੈਂਦੇ ਆ ਨਵੀਆਂ ਚੀਜ਼ਾਂ ਖਰੀਦਣੀਆਂ ਪੈਣੀਆਂ ਇਹ ਚੀਜ਼ਾਂ ਦਾ ਪ੍ਰੈਸ਼ਰ ਪੈਂਦਾ ਤੁਹਾਡੇ ਉੱਪਰ ਇਹ ਤੇ ਪੈਣਾ ਹੀ ਪੈਣਾ ਆ ਇਹ ਤੇ ਪਾਰਟ ਐਂਡ ਪਾਰਸਲ ਆਫ ਦ ਵੈਡਿੰਗ ਮਾਰਕੀਟ ਬਈ ਸਮਟਾਈਮਸ ਜਿੱਦਾਂ ਬਈ ਇੱਕ ਇੱਕ ਸੈਂਟਰਪੀਸ ਮਾਈਟ ਲੁੱਕ ਗੁੱਡ ਫॉर ਸਮਬਡੀ ਬਟ ਸਮਵਨ ਐਲਸ ਮਾਈਟ ਨਾਟ ਲਾਈਕ ਦੈਟ ਸੋ ਚੋਇਸਸ ਆਫ ਸੈਂਟਰਪੀਸਸ ਬਹੁਤ ਜ਼ਰੂਰੀ ਆ ਯੂ ਹੈਵ ਟੂ ਹੈਵ ਐਟ ਲੀਸਟ ਮੇਬੀ 10 ਕੱਟ ਟੂ ਕੱਟ ਡਿਫਰੈਂਟ ਸੈਂਟਰਪੀਸਸ ਸਾਰੇ ਜਣਾਂ ਨੂੰ ਤਾਂ ਖੁਸ਼ ਨਹੀਂ ਕਰ ਸਕਦੇ ਜੇ 10 ਬੰਦੇ ਤੁਹਾਡੇ ਘਰ ਚ ਆਏ ਆ ਤੇ ਆਬਵੀਅਸਲੀ 8 ਮੇਰੇ ਖਾ ਖੁਸ਼ ਹੋਣਗੇ ਦੋ ਤਾਂ ਜ਼ਰੂਰ ਕਹਿਣਗੇ ਆ ਨਹੀਂ ਠੀਕ ਸੀ ਉਹ ਨਹੀਂ ਠੀਕ ਸੋ ਵੀ ਕਾਂਟ ਪਲੀਜ਼ ਐਵਰੀਬਾਡੀ ਰੀਲੀ ਆਪਾਂ ਕਰ ਨਹੀਂ ਸਕਦੇ ਹੈਗੇ ਹਾਂਜੀ ਤੁਸੀਂ ਕਿੱਦਾਂ ਮਤਲਬ ਆਪਣੇ ਆਪ 'ਚ ਫੀਲ ਪ੍ਰਾਊਡ ਪਈ ਯੈਸ ਮੈਂ ਹੁਣ ਉਹ ਚੀਜ਼ ਤੇ ਪਹੁੰਚ ਚੁੱਕੀ ਹਾਂ ਜੋ ਮੈਂ ਕਦੀ ਸੋਚਿਆ ਨਹੀਂ ਸੀ ਜਾਂ ਮੈਂ ਹੁਣ ਇਸ ਵੇਲੇ ਕਰ ਰਹੀ ਹਾਂ ਤੁਹਾਡਾ ਇੱਕ ਆਪਣਾ ਨਾਮ ਬਣਿਆ ਤੁਹਾਡੀ ਆਪਣੀ ਆਈਡੈਂਟੀ ਬਣੀ ਹੋਈ ਆ
That's right. How do you feel about that? I feel very, very proud that I have reached ਇੱਥੋਂ ਤੱਕ ਮੈਂ ਪਹੁੰਚੀ ਹਾਂ ਬਟ ਮੈਂ ਇੱਕ ਗੱਲ ਜ਼ਰੂਰ ਡੈਫੀਨਿਟਲੀ ਕਹੂੰਗੀ ਦਿਸ ਇਜ਼ ਮਾਈ ਓਨ ਪਰਸਨਲ ਵਿਊ ਵੀ ਮੇਰੇ ਸਤਿਗੁਰੂ ਦਾ ਹੱਥ ਬਹੁਤ ਸੀਗਾ ਵਿੱਚ ਮੇਰੀ ਸਤਿਗੁਰੂ ਦੀ ਰਹਿਮਤ ਦੀ ਬਲੈਸਿੰਗਸ ਉਹਦੇ ਨਾਲ ਮੈਂ ਇੱਥੇ ਪਹੁੰਚੀ ਹਾਂ ਬਿਕੋਜ਼ ਆਫ ਮਾਈ ਸਤਿਗੁਰੂ ਕਿਸੇ ਦੀਆਂ ਬਲੈਸਿੰਗ ਤੋਂ ਬਿਨਾਂ ਤਾਂ ਆਪਾਂ ਕਿਤੇ ਪਹੁੰਚ ਹੀ ਨਹੀਂ ਸਕਦੇ ਜਿਹਨੂੰ ਵੀ ਅਸੀਂ ਕਿਸੇ ਨੂੰ ਮੰਨਦੇ ਹਾਂ ਕਹਿੰਦੇ ਨਹੀਂ ਹੁੰਦੇ ਇੱਕ ਰੱਬ ਇੱਕ ਹੈਗਾ ਉਹਦੇ ਰੂਪ ਕਈ ਹੈਗੇ ਆ ਦੈਟਸ ਟਰੂ ਆਪਾਂ ਦੇਖੋ ਤੁਸੀਂ ਬਹੁਤ ਵੱਡੀ ਗੱਲ ਆ ਵੀ ਤੁਸੀਂ ਆਪਣੇ ਸਤਿਗੁਰੂ ਨੂੰ ਵੀ ਯਾਦ ਕੀਤਾ ਵੀ ਉਹਨਾਂ ਤੋਂ ਬਗੈਰ ਤੁਹਾਡੀ ਜ਼ਿੰਦਗੀ ਵਿੱਚ ਸ਼ਾਇਦ ਤੁਸੀਂ ਜਿਹੜੇ ਅੱਜ ਮੁਕਾਮ ਤੇ ਪਹੁੰਚੇ ਨਹੀਂ ਪਹੁੰਚਣਾ ਸੀਗਾ ਕਈ ਬੰਦੇ ਇੱਦਾਂ ਹੁੰਦੇ ਜਦੋਂ ਅਸੀਂ ਇੱਕ ਸਕਸੈਸ ਤੇ ਪਹੁੰਚ ਜਾਂਦੇ ਹਾਂ ਜਾਂ ਇੱਕ ਜਗ੍ਹਾ ਤੇ ਉਹ ਲੈਵਲ ਤੇ ਪਹੁੰਚ ਜਾਂਦੇ ਹਾਂ ਜਿਹੜਾ ਤੁਸੀਂ ਚਾਹੁੰਦੇ ਹਾਂ ਫਿਰ ਉਹ ਰੱਬ ਨੂੰ ਭੁੱਲ ਜਾਂਦੇ ਆ ਜੀ ਦੇਖ ਇੱਦਾਂ ਹੀ ਹੁੰਦਾ ਆ ਕਾਫੀ ਲੋਕ ਇੱਦਾਂ ਉਹ ਰੱਬ ਨੂੰ ਭੁੱਲ ਜਾਂਦੇ ਆ ਉਹ ਸੋਚਦੇ ਮੈਨੂੰ ਹੁਣ ਕਿਸੇ ਦੀ ਲੋੜ ਨਹੀਂ ਹੈਗੀ ਮੈਨੂੰ ਮੇਰੇ ਵਾਹਿਗੁਰੂ ਮੇਰੇ ਸਤਿਗੁਰ ਮੇਰੇ ਰੱਬ ਦੀ ਮੈਨੂੰ ਜ਼ਰੂਰਤ ਨਹੀਂ ਹੈਗੀ ਹਾਂਜੀ ਲੇਕਿਨ ਬਹੁਤ ਵੱਡੀ ਗੱਲ ਹੁੰਦੀ ਜਦੋਂ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਹਾਂ ਜੀ ਵੀ ਸਾਨੂੰ ਉਹਨਾਂ ਨੇ ਬਲੈਸਿੰਗ ਦਿੱਤੀਆਂ ਆ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਇੱਥੇ ਬੈਠੇ ਹਾਂ ਇਸ ਲੈਵਲ ਤੇ ਪਹੁੰਚੇ ਅਦਰਵਾਈਜ਼ ਵਿਦਆਊਟ ਕਿਸੇ ਵੀ ਬਲੈਸਿੰਗ ਤੋਂ ਬਲੈਸਿੰਗ ਜ਼ਰੂਰੀ ਨਹੀਂ ਹੁੰਦੀਆਂ ਵੀ ਅਸੀਂ ਆਪਣੇ ਗੁਰੂਆਂ ਤੋਂ ਲੈਣੀ ਹੈਗੀ ਆ ਬਲੈਸਿੰਗ ਮਾਂ ਬਾਪ ਦੀ ਵੀ ਬਹੁਤ ਵੱਡੀ ਹੁੰਦੀ ਆ ਤੁਹਾਡੇ ਬੱਚਿਆਂ ਦੀਆਂ ਵੀ ਬਲੈਸਿੰਗਸ ਹੁੰਦੀਆਂ ਆ ਜਿਹੜੇ ਦਿਲ ਤੋਂ ਦਿੰਦੇ ਆ ਬੱਚੇ ਵੀ ਇੱਦਾਂ ਹੁੰਦੇ ਵੀ ਦੇਖਣਾ ਚਾਹੁੰਦੇ ਯੈਸ ਜੇ ਮੇਰੀ ਮਮ ਨੇ ਕੋਈ ਡ੍ਰੀਮ ਲਿਆ ਤੇ ਉਹ ਪੂਰਾ ਕਰਨ ਹਾਂਜੀ ਮਤਲਬ ਬਲੈਸਿੰਗਸ ਕਈ ਤਰ੍ਹਾਂ ਦੀਆਂ ਉਹ ਰੱਬ ਦਾ ਹੀ ਰੂਪ ਹੁੰਦੀਆਂ ਬਲੈਸਿੰਗਸ ਆਈ ਬਲੀਵ ਦੈਟ ਦੈਟਸ ਰਾਈਟ ਯੈਸ ਡਿਫਰੈਂਟ ਹੁੰਦੀਆਂ ਪਰਫਾਰਮਸ ਪਰ ਤੁਹਾਡੀਆਂ ਬਲੈਸਿੰਗਸ ਹੁੰਦੀਆਂ ਸਾਡੇ ਤੇ ਡਿਪੈਂਡ ਅਸੀਂ ਕਿੱਦਾਂ ਉਹਨਾਂ ਨੂੰ ਦੇਖਣਾ ਆ ਜੀ ਸੋ ਮੈਨੂੰ ਬਹੁਤ ਖੁਸ਼ੀ ਹੈਗੀ ਆ ਵੀ ਜਿਹੜਾ ਤੁਸੀਂ ਮਕਾਮ ਹਾਸਲ ਕਰਨਾ ਚਾਹੁੰਦੇ ਸੀ ਜਾਂ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਸੀ ਇੱਥੇ ਅੱਜ ਤੁਸੀਂ ਪਹੁੰਚੇ ਹੈਗੇ ਆਪਣੇ ਦਮ ਤੇ ਪਰ ਫੈਮਿਲੀ ਦੀ ਸਪੋਰਟ ਦੇ ਨਾਲ ਜੀ ਫੈਮਿਲੀ ਦੀ ਸਪੋਰਟ ਮੈਂ ਹਮੇਸ਼ਾ ਮੇਰੇ ਹਰ ਸ਼ੋਅ ਦੇ ਵਿੱਚ ਕਹਿੰਦੀ ਹਾਂ ਕਿ ਫੈਮਿਲੀ ਦੀ ਸਪੋਰਟ ਇੱਕ ਬਹੁਤ ਵੱਡੀ ਸਪੋਰਟ ਹੁੰਦੀ ਆ ਜੇਕਰ ਤੁਹਾਡੇ ਘਰ ਦਾ ਕੋਈ ਮੈਂਬਰ ਬੱਚਾ ਕੋਈ ਵੀ ਕੁਝ ਕਰਨਾ ਚਾਹੁੰਦਾ ਪਲੀਜ਼ ਉਹਨਾਂ ਨੂੰ ਨਜ਼ਰ ਅੰਦਾਜ਼ ਨਾ ਕਰਿਆ ਕਰੋ ਉਹਨਾਂ ਨੂੰ ਸਮਝੋ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰੋ ਉਹ ਕੀ ਕਰਨਾ ਚਾਹੁੰਦੇ ਆ ਐਟਲੀਸਟ ਉਹ ਤੁਹਾਨੂੰ ਹੀ ਦੱਸ ਰਹੇ ਆ ਆਪਣੇ ਡ੍ਰੀਮਸ ਆਪਣੀਆਂ ਖੁਆਇਸ਼ਾਂ ਤੁਹਾਨੂੰ ਹੀ ਦੱਸ ਰਹੇ ਆ ਜੇਕਰ ਤੁਸੀਂ ਨਹੀਂ ਪੂਰੀਆਂ ਕਰੋਗੇ ਤਾਂ ਫਿਰ ਕੌਣ ਉਹਨਾਂ ਦੀਆਂ ਗੱਲਾਂ ਪੂਰੀਆਂ ਕਰੇਗਾ ਜ਼ਰੂਰ ਉਹਨਾਂ ਦੀਆਂ ਖੁਆਇਸ਼ਾਂ ਵੱਲ ਧਿਆਨ ਜ਼ਰੂਰ ਦਿਆ ਕਰੋ ਜਿੱਦਾਂ ਕਿ ਨਿਸ਼ਾ ਦੇ ਹਸਬੈਂਡ ਨੇ ਬਹੁਤ ਸਾਥ ਦਿੱਤਾ ਤੁਹਾਡੀ ਮਦਰ ਇਨ ਲਾਅ ਨੇ ਬਹੁਤ ਸਾਥ ਦਿੱਤਾ ਬੜਾ ਮੈਨੂੰ ਸੁਣ ਕੇ ਚੰਗਾ ਲੱਗਿਆ ਜਿੱਦਾਂ ਤੁਹਾਡੀ ਸਾਰੀ ਫੈਮਿਲੀ ਨੇ ਤੁਹਾਨੂੰ ਬਹੁਤ ਸਾਥ ਦਿੱਤਾ ਹਰ ਗੱਲ ਦੇ ਵਿੱਚ ਅਤੇ ਨਿਸ਼ਾ ਜੇ ਆਪਾਂ ਹੁਣ ਗੱਲ ਕਰੀਏ ਵੀ ਤੁਸੀਂ ਕੋਈ ਇੱਦਾਂ ਦਾ ਕੋਈ ਖਾਸ ਮੈਸੇਜ ਆ ਤੁਸੀਂ ਸਾਨੂੰ ਦੱਸ ਦੇਣਾ ਚਾਹੁੰਦੇ ਸਾਰੇ ਜਣਿਆਂ ਨੂੰ ਖਾਸ ਕਰਕੇ ਸਾਡੀਆਂ ਲੇਡੀਜ਼ ਆ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਹਾਂਜੀ ਮੈਂ ਤਾਂ ਸਿਰਫ ਇਹੀ ਕਹੂੰਗੀ ਵੀ ਕੀਪ ਗੋਇੰਗ ਇੱਕ ਦੂਜੇ ਦੇ ਸਪੋਰਟ ਕਰਿਓ ਵੈਰੀ ਵੈਰੀ ਇੰਪੋਰਟੈਂਟ ਐਂਡ ਆਲਸੋ ਸਪਰੈਡ ਕਾਈਨੈਸ ਕਰਕੇ ਕਾਈਨੈਸ ਦਾ ਕੋਈ ਮੋਲ ਨਹੀਂ ਹੈਗਾ ਬਿਲਕੁਲ ਜਾਂ ਇਟਸ ਫਰੀ ਸੋ ਜਿੰਨਾ ਤੁਸੀਂ ਜ਼ਿਆਦਾ ਕਾਈਨੈਸ ਸਪਰੈਡ ਕਰੋਗੇ ਉਨਾ ਦੁੱਗਣਾ ਤੁਹਾਡੇ ਆਪਣੇ ਆਪ ਹੀ ਆਊਗਾ ਐਂਡ ਫਸਟ ਐਂਡ ਫੋਰਮੋਸਟ ਆਲਵੇਸ ਰਿਮੈਂਬਰ ਸਤਿਗੁਰੂ ਕਰਕੇ ਵਿਦਾਊਟ ਇਹੀ ਕਰਾਉਣ ਵਾਲਾ ਆ ਅਤੇ ਇਹੀ ਕਰਨ ਵਾਲਾ ਆ ਬਿਲਕੁਲ ਜੀ ਅਤੇ ਜਾਂਦੇ ਜਾਂਦੇ ਤੁਸੀਂ ਸਾਡੇ ਸਾਰੇ ਇਹਨਾਂ ਨੂੰ ਦੱਸ ਵੀ ਸਕਦੇ ਹੋ ਤੁਹਾਨੂੰ ਫੇਸਬੁੱਕ ਇੰਸਟਾਗ੍ਰਾਮ 'ਤੇ ਕਿਹੜੇ ਨਾਮ 'ਤੇ ਉਹ ਲੱਭ ਸਕਦੇ ਆ ਹਾਂਜੀ ਇਟਸ ਨੀਸ਼ਾਸ ਕ੍ਰੀਏਸ਼ਨਸ ਫੇਸਬੁੱਕ 'ਤੇ ਵੀ ਅਤੇ ਇੰਸਟਾਗ੍ਰਾਮ 'ਤੇ ਵੀ ਸਾਰੇ ਪਾਸੇ ਤੁਹਾਨੂੰ ਹਾਂਜੀ ਨੀਸ਼ਾਸ ਕ੍ਰੀਏਸ਼ਨਸ ਦੇ ਵੈਬਸਾਈਟ 'ਤੇ ਵੀ ਹੈ ਤੁਹਾਨੂੰ ਦੇਖ ਸਕਦੇ ਹਾਂਜੀ ਆਨਲਾਈਨ ਕ੍ਰੀਏਸ਼ਨਸ ਤੁਹਾਨੂੰ ਉੱਤੇ ਲੱਭ ਸਕਦੇ ਆ ਤੁਹਾਨੂੰ ਹਾਂਜੀ ਬਿਲਕੁਲ ਨਿਸ਼ਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣਾ ਟਾਈਮ ਕੱਢਿਆ ਸਾਨੂੰ ਟਾਈਮ ਦਿੱਤਾ ਆ ਕੇ ਆਪਣੀ ਕਹਾਣੀ ਸਾਡੇ ਨਾਲ ਸ਼ੇਅਰ ਕੀਤੀ ਕਿ ਕਿੱਦਾਂ ਤੁਸੀਂ ਕਿੱਥੋਂ ਆਏ ਸੀ ਕਿੱਥੇ ਪਹੁੰਚੇ ਹੈਗੇ ਅੱਜ ਜਿਹੜੇ ਮੁਕਾਮ 'ਤੇ ਆ ਆਈ ਪਰਸਨਲੀ ਰੀਅਲੀ ਫੀਲ ਪ੍ਰਾਊਡ ਆਫ ਯੂ ਕਿ ਜੋ ਤੁਸੀਂ ਚਾਹਿਆ ਸੀ ਤੁਸੀਂ ਉਹ ਹਾਸਲ ਕੀਤਾ ਹੈਗਾ ਆ ਵੈਰੀ ਮਚ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਸਾਡੀਆਂ ਲੇਡੀਜ਼ ਅੱਗੇ ਵੱਧਦੀਆਂ ਆ ਕੇ ਕੁਝ ਕਰਦੀਆਂ ਆਪਣੇ ਡ੍ਰੀਮਸ ਫੋਲੋ ਕਰਦੀਆਂ ਆ ਅਤੇ ਬਹੁਤ ਸੱਚੀ ਮਨ ਨੂੰ ਬਹੁਤ ਚੰਗਾ ਲੱਗਦਾ ਖੁਸ਼ੀ ਮਿਲਦੀ ਹੈਗੀ ਆ ਕਿਉਂਕਿ ਲੇਡੀਜ਼ ਵੀ ਹੁਣ ਆਪਾਂ ਕਿਸੇ ਨਾਲੋਂ ਘੱਟ ਨਹੀਂ ਹੈਗੇ ਹਾਂਜੀ ਕਿਸੇ ਗੱਲ 'ਚ ਪਿੱਛੇ ਨਹੀਂ ਹੈਗੇ ਸੋ ਤੁਸੀਂ ਵੀ ਆਪਣੇ ਘਰ ਦੀਆਂ ਲੇਡੀਜ਼ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਮੋਟੀਵੇਟ ਕਰਿਆ ਕਰੋ ਵੀ ਹਾਂ ਤੁਸੀਂ ਵੀ ਅੱਗੇ ਵਧੋ ਵੀ ਜੋ ਵੀ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਹਾਸਲ ਕਰੋ ਸੋ ਇਸ ਨੋਟ 'ਤੇ ਨਿਸ਼ਾ ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਆ ਕੇ ਅੱਜ ਆਪਣਾ ਟਾਈਮ ਸਾਨੂੰ ਦਿੱਤਾ ਅਤੇ ਸਾਡੇ ਨਾਲ ਗੱਲਬਾਤ ਕੀਤੀ ਇਹ ਤਾਂ ਸੀ ਸਾਡੇ ਨਿਸ਼ਾ ਜਿਨ੍ਹਾਂ ਨੇ ਆ ਕੇ ਕਹਾਣੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਦੀ ਕਹਾਣੀ ਦੱਸੀ ਕਿ ਉਹਨਾਂ ਨੇ ਕਿੱਦਾਂ ਸ਼ੁਰੂਆਤ ਕੀਤੀ ਆਪਣੇ ਕੰਮ ਦੀ ਆਪਣੇ ਬਿਜ਼ਨਸ ਦੀ ਅਤੇ ਅੱਜ ਜਿਹੜੇ ਮੁਕਾਮ 'ਤੇ ਪਹੁੰਚੇ ਕਿੱਦਾਂ ਪਹੁੰਚੇ ਆ
ਇਸੇ ਤਰ੍ਹਾਂ ਅਗਲੇ ਹਫਤੇ ਇੱਕ ਨਵੀਂ ਕਹਾਣੀ, ਇੱਕ ਨਵੀਂ ਗੱਲਬਾਤ ਲੈ ਕੇ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੀ, ਤੁਹਾਡੀ ਆਪਣੀ ਜੋਤੀ ਇੱਕ ਵਾਰੀ ਫਿਰ। ਬਸ ਇਸੇ ਤਰ੍ਹਾਂ ਦੇਖਦੇ ਰਿਹਾ ਕਰੋ ਸੰਗਤ ਟੀਵੀ।